परम सत्कार योग गुरु रूप गुरु खालसा साध संगत जी वाहेगुरु जी का खालसा वाहेगुरु जी की फतेह। वो गीत तो तुसी सारे ने सुनिया होगा, हाले तक भी संतां दी तस्वीर डरावे वैरी नूं। पहला तो संत बाबा जरनैल सिंह जी खालसा भिंडरांवालिआं दी तस्वीर तो फिरकू हिंदू तवीए डरदे सन, RSS भाजपा वर्गे कांग्रेस वर्गे लोग डरदे सन। पर हैरानी दी गल आ कि हुण गुरद्वारे दे प्रधान भी संत जरनैल सिंह खालसा भिंडरांवालिआं दी तस्वीर तो डरन लगे, उन्हां दे नाल जिहड़ी आ ਉਹ ਨਫ਼ਰਤ ਕਰਨ ਲੱਗੇ। ਅਸੀਂ ਤਾਂ ਸੋਚਿਆ ਸੀ ਕਿ ਬੁੱਚੜ KPS ਗਿੱਲ ਜਾਂ ਬੇਅੰਤੇ ਬੁੱਚੜ ਦੀ ਜਿਹੜੀ ਰੂਹ ਆ ਉਹ ਕੇਵਲ ਸਿਆਸੀ ਨੇਤਾਵਾਂ ਦੇ ਵਿੱਚ ਆ, ਪਰ ਹੈਰਾਨੀ ਤਾਂ ਅੱਜ ਹੋਈ ਕਿ ਇਹਨਾਂ ਬੁੱਚੜਾਂ ਦੀ ਜਿਹੜੀ ਰੂਹ ਆ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਵਿੱਚ ਵੀ ਜਿਹੜੀ ਆ ਉਹ ਵੜ ਚੁੱਕੀ ਹੋਈ ਆ। ਜਿਵੇਂ ਪਹੁ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਆ, ਉਸ ਅਸਥਾਨ ਦੇ ਪ੍ਰਬੰਧਕ ਪ੍ਰਧਾਨ ਕੈਪਟਨ ਹਰਸਿਮਰਨ ਸਿਉਂ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਦਸਮੇਸ਼ ਪਿਤਾ ਦੇ ਸੂਰੇ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦਾ ਉਸ ਵਿਅਕਤੀ ਦੇ ਵੱਲੋਂ, ਦੁਸ਼ਟ ਵਿਅਕਤੀ ਦੇ ਵੱਲੋਂ, ਬੁੱਚੜ ਵਿਅਕਤੀ ਦੇ ਵੱਲੋਂ ਵਿਰੋਧ ਕੀਤਾ ਗਿਆ ਆ। ਉਹਨੇ ਸੰਤਾਂ ਦੀ ਜਿਹੜੀ ਤਸਵੀਰ ਹਟਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਆ, ਪਰ ਕੀ ਇਸ ਦੁਸ਼ਟ ਨੂੰ ਭੁੱਲ ਗਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਖਾਲਸਾ ਪੰਥ ਦੇ ਵਿੱਚ ਕੀ ਸਥਾਨ ਆ? ਸਿੱਖ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚੌਂਕੜਾ ਮਾਰ ਕੇ ਬੈਠੇ ਹੋਏ ਆ। ਉਹਨਾਂ ਨੂੰ ਕਦੀ ਵੀ ਸਿੱਖ ਮਾਨਸਿਕਤਾ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਹੈਰਾਨੀ ਦੀ ਗੱਲ ਆ ਕਿ ਇਹ ਸਿੱਖ ਵਿਰੋਧੀ ਲੋਕ ਸਾਡੇ ਗੁਰਧਾਮਾਂ ਦੇ ਉੱਤੇ ਕਾਬਜ਼ ਆ, ਉਹ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਉੱਤੇ। ਸੋ ਇਹ ਤਰਾਸਦੀ ਆ, ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਜਿਹੜਾ ਆ ਉਹ ਕੱਢਣਾ ਪੈਣਾ ਆ। ਸੋ ਬੁੱਚੜ ਦੁਸ਼ਟ ਕੈਪਟਨ ਹਰਸਿਮਰਨ ਸਿਉਂ ਨੂੰ ਵੇਖ ਕੇ ਲੱਗਦਾ ਆ ਕਿ ਜਿਹੜਾ ਨਰੈਣੂ ਮਹੰਤ ਆ ਉਹ ਹਾਲੇ ਮਰਿਆ ਨਹੀਂ, ਉਹਦੀ ਜਿਹੜੀ ਰੂਹ ਆ ਉਹ ਇਹਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਹੈ। ਪਰ ਇਸ ਹਰਸਿਮਰਨ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਕੌਮ ਦੇ ਯੋਧੇ ਅਣਖੀਲੇ ਸਿੱਖ ਨੌਜਵਾਨ ਅੱਜ ਵੀ ਜਿਉਂਦੇ ਆ, ਸਿੱਖ ਕੌਮ ਜਿਉਂਦੀ ਆ, ਸਿੱਖ ਕੌਮ ਜਾਗਦੀ ਆ। ਅਸੀਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਿਵੇਂ ਕਰਨਾ ਆ ਉਹ ਚੰਗੀ ਤਰ੍ਹਾਂ ਜਾਣਦੇ ਹਾਂ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਆ, ਭਾਵ ਕਿ 100 ਸਾਲਾਂ ਦਾ ਜਿਹੜਾ ਸਭ ਤੋਂ ਮਹਾਨ ਸਿੱਖ, ਜਿਹੜਾ ਵੱਡਾ ਸਿੱਖ ਆ, ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕਿਹਾ ਗਿਆ ਆ। ਅਤੇ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਦੇ ਲਈ, ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਦੇ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਲਈ, ਸਿੱਖ ਕੌਮ ਦੀ ਆਜ਼ਾਦੀ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਮਹਾਨ ਅਸਥਾਨ, ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹਾਦਤ ਦਾ ਜਾਮ ਪੀਤਾ ਆ। ਅਤੇ ਇਸ ਦੇ ਨਾਲ ਹੀ ਸੰਤਾਂ ਦੀ ਯਾਦਗਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਆ, ਅਤੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸੰਤਾਂ ਦੀ ਤਸਵੀਰ ਵੀ ਲੱਗੀ ਹੋਈ ਹੈ। ਮੈਨੂੰ ਯਾਦ ਆ ਕਿ ਜਦੋਂ 2007 ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ, ਉਦੋਂ ਸ਼ਿਵ ਸੈਨਾ ਵਾਲਿਆਂ ਨੇ, ਕੁਝ ਬਜਰੰਗ ਦਲ ਵਾਲਿਆਂ ਨੇ ਅਤੇ ਜਾਂ ਕੁਝ ਹੋਰ ਸਿੱਖ ਵਿਰੋਧੀ ਸੰਸਥਾਵਾਂ ਨੇ ਜਦੋਂ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ, ਉਦੋਂ ਤਾਂ ਇੱਕ ਤਸਵੀਰ ਲੱਗੀ ਸੀ, ਪਰ ਜਦੋਂ ਵਿਰੋਧ ਹੋਇਆ ਫਿਰ ਹਰੇਕ ਘਰ ਘਰ ਵਿੱਚ ਸੰਤਾਂ ਦੀ ਤਸਵੀਰ ਜਿਹੜੀ ਆ ਉਹ ਲੱਗ ਗਈ। ਸਾਡੇ ਦਿਲਾਂ ਦੇ ਉੱਤੇ ਤਾਂ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ, ਪਰ ਉਦੋਂ ਫਿਰ ਹਰੇਕ ਘਰ ਵਿੱਚ ਵੀ ਲੱਗ ਗਈ, ਹਰੇਕ ਗੱਡੀ 'ਤੇ ਵੀ ਲੱਗ ਗਈ, ਹਰੇਕ ਮੋਟਰਸਾਈਕਲ ਉੱਤੇ, ਹਰੇਕ ਟਰੱਕ ਬੱਸ ਦੇ ਉੱਤੇ, ਹਰ ਥਾਂ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਨਜ਼ਰ ਆਉਣ ਲੱਗੀਆਂ। ਜਦੋਂ ਜਦੋਂ ਵੀ ਵੈਰੀਆਂ ਨੇ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ, ਤਾਂ ਸਿੱਖ ਕੌਮ ਦੇ ਨੌਜਵਾਨਾਂ ਨੇ, ਸਿੱਖ ਕੌਮ ਨੇ ਜਗ੍ਹਾ ਜਗ੍ਹਾ ਦੇ ਉੱਤੇ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲਗਾ ਦਿੱਤੀਆਂ। ਅਤੇ ਮੈਨੂੰ ਲੱਗਦਾ ਆ ਕਿ ਇਹ ਹੁਣ ਜਿਹੜਾ ਬੁੱਚੜ ਹਰਸਿਮਰਨ ਇਹ ਕੈਪਟਨ ਆ, ਇਹ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਦੀਆਂ ਤਸਵੀਰਾਂ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਲਵਾਉਣਾ ਚਾਹੁੰਦਾ ਆ। ਕੋਈ ਗੱਲ ਨਹੀਂ, ਤੂੰ ਤਾਂ ਇੱਕ ਤਸਵੀਰ ਹਟਾਈ ਹੈ ਨਾ, ਅਤੇ ਹੁਣ ਪਹੁ ਪਿੰਡ ਦੇ ਵਿੱਚ ਵੇਖੋ ਜਗ੍ਹਾ ਜਗ੍ਹਾ ਦੇ ਉੱਤੇ
सिख नौजवानों ने संत भिंडर वाले दियां तस्वीरां लगा दित्तियां टैंकी दे उत्ते। सब तो उपर भी एक तस्वीर संतां दी जिहड़ी आ उह लगा दित्ती होई है अते हुण नगर कीर्तन भी थोड़े दिनां तक। सो असी वड्डी गिणती दे विच संगतां नूं संत जरनैल सिंह जी खालसा भिंडर वाले दियां तस्वीरां सिख यूथ फैडरेशन भिंडर वाला वालों वंडांगे। संगतां अपनियां ट्रकां बसां गड्डियां दे उत्ते संतां दियां जिहड़ियां तस्वीरां आ ਉਹ ਲਗਾਉਣ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਿੱਖ ਮਾਨਸਿਕਤਾ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਸਕਦਾ। ਪਹਿਲਾਂ ਤਾਂ ਹਰਿਆਣੇ ਦਾ ਮੁੱਖ ਮੰਤਰੀ ਜਾਂ ਉਹ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਜਾਂ ਹਿਮਾਚਲ ਦਾ ਮੁੱਖ ਮੰਤਰੀ ਸੰਤਾਂ ਦੀ ਤਸਵੀਰ ਦਾ ਗਾਹੇ ਬਗਾਹੇ ਵਿਰੋਧ ਕਰਦਾ ਸੀ, ਪਰ ਹੁਣ ਗੁਰਦੁਆਰੇ ਦੇ ਪ੍ਰਧਾਨ। ਸੋ ਅਜਿਹੇ ਲੋਕਾਂ ਨੂੰ ਹੁਣ ਗੁਰਦੁਆਰੇ ਦੀ ਪ੍ਰਧਾਨਗੀ ਅਤੇ ਗੁਰਦੁਆਰੇ ਦੀ ਕਿਸੇ ਵੀ ਮੈਂਬਰੀ 'ਤੇ ਕਿਸੇ ਵੀ ਪ੍ਰਬੰਧਕੀ ਅਹੁਦੇ 'ਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਰਿਹਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਆ ਗਿਆਨੀ ਰਘਬੀਰ ਸਿੰਘ, ਉਹਨਾਂ ਨੂੰ ਚਾਹੀਦਾ ਆ ਕਿ ਉਹ ਹੁਣ ਆਪਣਾ ਫਰਜ਼ ਨਿਭਾਉਣ, ਇਸ ਕੈਪਟਨ ਹਰਸਿਮਰਨ ਨੂੰ ਸੰਗਲਾਂ ਦੇ ਨਾਲ ਨੂੜ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਲਿਆਉਣ, ਇਹਨੂੰ ਥੰਬਲੇ ਨਾਲ ਬੰਨ੍ਹ ਕੇ ਸਜ਼ਾ ਦਿੱਤੀ ਜਾਵੇ, ਇਹਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਵੇ, ਕਿਉਂਕਿ ਇਹ ਸਾਡੇ ਸ਼ਹੀਦਾਂ ਦਾ ਸਾਡੇ ਯੋਧਿਆਂ ਦਾ ਜਿਹੜਾ ਵੈਰੀ ਆ, ਇਹਦੇ ਤੋਂ ਸਿੱਖ ਹੋਣ ਦਾ ਜਿਹੜਾ ਦਾਅਵਾ ਆ ਉਹ ਵੀ ਖੋਇਆ ਜਾਣਾ ਚਾਹੀਦਾ ਆ। ਅਤੇ ਇਹਨੇ ਇਕੱਲੀ ਸੰਤਾਂ ਦੀ ਤਸਵੀਰ ਹੀ ਉਤਾਰਨ ਦਾ ਯਤਨ ਨਹੀਂ ਕੀਤਾ, ਬਲਕਿ ਸਿੱਖ ਕੌਮ ਦੇ ਉੱਤੇ ਇਹਦੇ ਵੱਲੋਂ ਵੱਡਾ ਹਮਲਾ ਕੀਤਾ ਗਿਆ ਆ। ਇਹ ਕਹਿ ਰਿਹਾ ਆ ਕਿ ਗੁਰਦੁਆਰੇ ਦਾ ਜਿਹੜਾ ਆ ਉਹ ਪੰਥ ਦਾ ਨਹੀਂ ਆ, ਉਹ ਕਹਿ ਰਿਹਾ ਕਿ ਸਾਡਾ ਆ, ਇਹ ਗੁਰਦੁਆਰੇ ਦੇ ਜਿਹੜਾ ਮਹਾਨ ਅਸਥਾਨ ਆ ਸਿੱਖ ਕੌਮ ਦਾ, ਅਤੇ ਇਹ ਉਹਦੇ ਉੱਤੇ ਆਪਣੀ ਜਿਹੜੀ ਮਲਕੀਅਤ ਹੈ ਜਾਇਦਾਦ ਹੋਣ ਦਾ ਜਿਹੜਾ ਠੱਪਾ ਆ ਉਹ ਲਾ ਰਿਹਾ ਆ। ਸੋ ਇਹ ਪੰਥ ਦੇ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਗਿਆ ਆ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਜਿਹੜੇ ਸਿੱਖ ਨੌਜਵਾਨਾਂ ਨੇ ਇਸ ਕੈਪਟਨ ਹਰਸਿਮਰਨ ਉੱਤੇ ਹਮਲਾ ਕੀਤਾ, ਇਹਦੀ ਗੱਡੀ ਉੱਤੇ ਹਮਲਾ ਕੀਤਾ ਆ, ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਉਹਨਾਂ ਨੌਜਵਾਨਾਂ ਦੀ ਜਿਹੜੀ ਸ਼ਲਾਘਾ ਆ ਉਹ ਕਰਦੇ ਹਾਂ, ਜਿਨ੍ਹਾਂ ਨੇ ਜਗ੍ਹਾ ਜਗ੍ਹਾ ਉੱਤੇ ਤਸਵੀਰਾਂ ਲਗਾਈਆਂ। ਉਹ ਸਾਰੇ ਨੌਜਵਾਨ ਸਿੱਖ ਕੌਮ ਦੇ ਯੋਧੇ ਆ, ਧੰਨਤਾ ਦੇ ਪਾਤਰ ਆ। ਸੋ ਧੰਨਵਾਦ ਜੀ। ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ, ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।